ਪੁਲਿਸ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਖਿਲਾਫ ਦਰਜ ਕੀਤੇ ਗਏ ਕੇਸਾਂ ਦਾ ਨਿਬੇੜਾ ਨਾ ਕੀਤੇ ਜਾਂਦੇ ਚੱਲਦੇ ਆ ਅੱਜ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਐਸਐਸਪੀ ਦਫ਼ਤਰ ਬਾਹਰ ਤਰਨਤ ਦਿੱਤਾ ਗਿਆ ਇਸ ਧਰਨੇ ਵਿੱਚ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ ਉਹਨਾਂ ਨੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਕਿਸਾਨਾਂ ਨੇ ਦੱਸਿਆ ਕਿ ਕਿਸਾਨਾਂ ਨਾਲ ਸੰਬੰਧਿਤ ਵਕਫ ਵਕਫ ਥਾਣਿਆਂ ਵਿੱਚ ਕਰੀਬ 17 ਸ਼ਿਕਾਇਤਾਂ ਦਰਜ ਹਨ ਇਹਨਾਂ ਨੂੰ ਪੁਲਿਸ ਵੱਲੋਂ ਸੁਲਝਾਉਣ ਦੀ ਥਾਂ ਟਾਰਮ ਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ ਕਿਸਾਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਪ੍ਰ ਵਰਦਰੇ ਉਹਨਾਂ ਇੱਕ ਕਿਸ ਦਾ ਹਵਾਲਾ ਦਿੰਦਿਆਂ ਕਿ ਕੋਟਲਾ ਦੇ ਕਿਸਾਨ ਨਿਰਵੈਰ ਸਿੰਘ ਨਾਲ ਰੀਪੂ ਦਮਨ ਸਿੰਘ ਨਾਮ ਦੇ ਵਿਅਕਤੀ ਨੇ ਨੌਕਰੀ ਦਾ ਝਾਂਸਾ ਦੇ ਕੇ 16 ਲੱਖ ਰੁਪਏ ਦੀ ਠੱਗੀ ਕੀਤੀ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮੁਲਜ਼ਮ ਖਿਲਾਫ 420 ਦਾ ਕੇਸ ਤਾਂ ਦਰਜ ਕੀਤਾ ਗਿਆ ਪਰ 8 ਮਹੀਨੇ ਬਾਅਦ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਸ ਦਾ ਕਾਰਨ ਮੁਲਜ਼ਮਾਂ ਵਿੱਚ ਇੱਕ ਪੀਪੀ ਮੁਲਾਜ਼ਮ ਵੀ ਸ਼ਾਮਲ ਹੈ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਵੀ ਦਿਨੋਂ ਦਿਨ ਵਿਗੜਦੀ ਹੋਈ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਲੁੱਟ ਕੋ ਤੇ ਕਤਲ ਦੀਆਂ ਵਾਰਦਾਤਾਂ ਵੀ ਆਮ ਹੁੰਦੀਆਂ ਜਾ ਰਹੀਆਂ ਹਨ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਪੁਲਿਸ ਵੱਲੋਂ ਆਮ ਲੋਕਾਂ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅੱਜ ਸਾਡਾ ਐਸਐਸਪੀ ਦਿਹਾਤੀ ਮਾਲਮੰਡੀ ਅੰਮ੍ਰਿਤਸਰ ਵਿਖੇ ਵਿਸ਼ਾਲ ਵੱਡਾ ਧਰਨਾ ਤੁਸੀਂ ਦੇਖ ਰਹੇ ਚੱਲ ਰਿਹਾ ਇਹ ਪੁਲਿਸ ਨਾਲ ਆਮ ਮੰਗਾ ਆ ਜੇ ਕੋਈ ਐਸਐਚਓ ਦੇ ਲੈਵਲ ਦੀਆਂ ਲਗਭਗ 17-18 ਅਸੀਂ ਦਿੱਤੀਆਂ ਉਹਨਾਂ ਚੋਂ ਬਹੁਤ ਸਾਰੀਆਂ 6 ਮਹੀਨੇ ਹੋ ਗਏ ਇੱਕ ਹੰਸਾਲ ਹੋ ਗਿਆ ਕੁਝ ਨੂੰ 2-2 3-3 ਮਹੀਨੇ ਹੋ ਗਿਆ ਮਤਲਬ ਇੰਨਾ ਜ਼ਿਆਦਾ ਪੁਲਿਸ ਦਾ ਮਾੜਾ ਹਾੜਿਆ ਜਿਹੜਾ ਕੈਪਟਨ ਸਰ ਕਹਿੰਦੇ ਸੀ ਵੀ ਸਾਡੀ ਸਰਕਾਰ ਜਿਹੜੀ ਗੁੱਡ ਗਵਰਨੈਂਸ ਤੇ ਇੱਕ ਟਰਾਂਸਪਰੈਂਸੀ ਹੋਊਗੀ ਵੀ ਅਸੀਂ ਲੋਕਾਂ ਨੂੰ ਖੱਜਲ ਖਰਾਬ ਨਹੀਂ ਕਰਾਂਗੇ ਉਹ ਕਿਤੇ ਵੀ ਨਹੀਂ ਦਿਖ ਰਿਹਾ ਸੋ ਇਸ ਕਰਕੇ ਉਹਨਾਂ ਚੋਂ ਕੋਈ ਮਸਲਾ ਨਹੀਂ ਹੱਲ ਆਖ ਕੇ ਅਸੀਂ ਧਰਨਾ ਲਾਉਣ ਆਏ ਆ ਇਹ ਤੋਂ ਗਾਹ ਕੈਪਟਨ ਸਰਕਾਰ ਕਹਿੰਦੀ ਸੀ ਵੀ ਅਸੀਂ ਨਸ਼ਾ ਬੰਦ ਕਰਾਵਾਂਗੇ ਪਹਿਲੋਂ ਤਾਂ ਇਹ ਇਲਜ਼ਾਮ ਹੋਲ ਆਉਂਦੇ ਰਹੇ ਵੀ ਬਾਦਲ ਤੇ ਮਜੀਠੀਆਂ ਦੇ ਸ਼ਹਿਤ ਤੇ ਇਹ ਨਸ਼ਾ ਵਿਕਦਾ ਹੁਣ ਅਸੀਂ ਕਹਿੰਨੇ ਕੈਪਟਨ ਸਰਕਾਰ ਤੇ ਉਹਦੇ ਮੰਤਰੀ ਮੰਡਲ ਦੀ ਸ਼ਹਿਤ ਤੇ ਸਾਡਾ ਪਹਿਲੋਂ ਵੀ ਮੰਨਣਾ ਸੀ ਸਿਆਸੀ ਸਿਆਸਤਦਾਨ ਤੇ ਨਸ਼ਾ mafia ਤੇ ਪੁਲਿਸ ਗੱਠਜੋੜ ਆ ਉਹ ਤਿੰਨਾਂ ਨੇ ਰਲ ਕੇ ਨਸ਼ਾ ਵੇਚ ਰਹੇ ਤੇ ਹੁਣ ਵੀ ਬਿਕ ਰਿਆ ਸੀ ਕਿੰਨੇ ਕੈਪਟਨ ਸਰਕਾਰ ਨੇ ਵਾਦਾ ਕੀਤਾ ਉਹ ਇਹਨੂੰ ਲਾਗੂ ਕਰੇ ਕਿਸੇ ਪਿੰਡ ਵਿੱਚ ਕੋਈ ਨਸ਼ਾ ਬੰਦ ਨਹੀਂ ਹੋਇਆ ਇਹ ਤੋਂ ਗਾਹਾਂ ਵੱਡਾ ਮੁੰਡਾ ਇਹ ਵਿਦਵਾਨਾਂ ਦੇ ਲੈਵਲ ਦਾ ਸੁਣਨ ਵਾਲੀ ਤੁਹਾਡੇ ਲਈ ਸਮਝ ਆਲਾ ਵਾ ਪੀ 1860 ਦਾ ਆਈਪੀਸੀ ਸਾਡੀ ਬਣੀ ਆ ਇਹ ਅੰਗਰੇਜ਼ਾਂ ਨੇ ਬਣਾਈ ਸੀ ਸਾਨੂੰ ਗੁਲਾਮ ਰੱਖਣ ਲਈ ਦੇਸ਼ ਭਗਤਾਂ ਨੂੰ ਅੰਦਰ ਛੁੱਟਣ ਵਾਸਤੇ ਉਹ ਆਈਪੀਸੀ ਅਜੇ ਤੱਕ ਚੱਲ ਰਹੀ ਹੈ ਨਾ ਤਾਂ ਕਿਤੇ ਵਸਾਨ ਸਭਾ ਚਰਚਾ ਹੋ ਰਹੀ ਆ ਨਾ ਕਦੀ ਦੇਸ਼ ਦੀ ਪਾਰਲੀਮੈਂਟ ਚੜਾ ਜਿਹੜੇ ਆਪ ਵਾਲੇ ਕਹਿੰਦੇ ਸਭ ਤੋਂ ਵੱਡੇ ਸਿਆਣੇ ਉਹਨਾਂ ਵੀ ਕਦੀ ਇਸ ਮੁੱਦੇ ਤੇ ਨਹੀਂ ਬੋਲਿਆ ਕੋਈ ਖਾਸ ਨਹੀਂ ਜਿਹੜੀਆਂ ਉਹਨਾਂ ਦੀਆਂ ਕੁਝ ਮੰਗਾਂ ਜਿਹਦੇ ਚ ਐਪਲੀਕੇਸ਼ਨਾਂ ਸੀ ਜਿੱਦਾਂ ਕਿ ਲੜਕੀਆਂ ਮੀਆਂ ਬੀਵੀ ਦੇ ਝਗੜੇ ਦੀਆਂ ਕੁਝ ਐਪਲੀਕੇਸ਼ਨਰ ਨੇ ਜਿਨ੍ਹਾਂ ਚ ਮਟਰਾਂ ਦੇ ਪੈਸੇ ਉਹਦੇ ਨਹੀਂ ਮਿਲ ਦਿੱਤੇ ਆਰਤੀ ਨੇ ਕੁਝ ਇਹੋ ਜਿਹੇ ਮੈਟਰ ਸੀ ਜਿਨ੍ਹਾਂ ਦੇ ਵਿੱਚ ਕਿਉਂਕਿ ਪੁਲਿਸ ਤੇ ਜੋ ਲੀਗਲੀ ਕਾਰਵਾਈ ਬਣਦੀ ਸੀ ਉਹਦੇ ਮੁਤਾਬਕ ਜਿਹੜੇ ਆ ਇੱਕ ਐਕਸੀਡੈਂਟ ਕੇਸ ਸੀ ਉਹ ਚ ਐਫਆਰ ਦਰਜ ਕਰ ਦਿੱਤੀ 96 ਨੰਬਰ ਚਾਟ ਇਵੈਂਟ ਇੱਕ ਇਨਕੁਆਰੀ ਸੀ ਜਿਹਦੇ ਚ ਨੋ ਮਟਰਾਂ ਦੇ ਪੈਸੇ ਸੀ ਜਿਹੜੇ ਆੜਤੀ ਨੇ ਦਿੱਤੇ ਉਹਦੇ ਅਗੇ ਇਸ ਜਿਹੜੀ ਇਨਕੁਆਰੀ ਕਰਕੇ ਰਿਪੋਰਟ ਭੇਜ ਦਿੱਤੀ ਗਈ ਆ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਰਾਜਪੂ ਦੇ ਨਾਲ ਬਿਨ ਰਿਪੋਰਟ ਕੇਟੀਵੀ